ਦੀਆਂ ਤਾਜ਼ੀਆਂ ਤਾਜ਼ੀਆਂ ਖਬਰਾਂ। ਅੱਜ ਦਿਨ ਦੇ ਨੌਣੇ ਬਹੁਤ, ਰਾਤ ਦੇ ਪੌਣੇ 51 ਵੱਜ ਗਏ ਨੇ। ਟਾਈਮ ਹਵਾ 'ਚ ਪ੍ਰਵਾਸ ਕਰਦਾ, ਨਾਇ ਦੀ ਸੰਦੂਕੜੀ ਨਾਮ ਵੱਜਿਆ, ਜਿਹਦੇ ਨਾਲ ਦੋਸਤ ਰੇ ਹਲਾਕ, ਕੈਂਚੀ ਜ਼ਖਮੀ ਅਤੇ ਨਾਇਰ ਨਾਲ ਬਾਲ ਬਾਲ ਬਚ ਗਿਆ। ਅੱਜ ਦੋ ਮੁਰਦੇ ਕਬਰਾਂ 'ਚ ਕੱਚੀ ਮੂੰਗਫਲੀ ਖਾਂਦੇ ਫੜੇ ਗਏ। ਉਹਨਾਂ ਦੇ ਮੁਤਾਬਕ ਨੇ ਸਾਡੀਆਂ ਕਬਰਾਂ 'ਚ TV, VCR, ਫਰਿੱਜ ਅਤੇ ਡਿਸ਼ ਐਂਟੀਨਾ ਹੋਣਾ ਚਾਹੀਦਾ, ਨਹੀਂ ਤਾਂ ਅਸੀਂ ਮਰਨ ਤੋਂ ਇਨਕਾਰ ਕਰ ਦੇਣਾ। ਅੱਜ 5 ਮੁਰਦੇ ਕਬਰਾਂ ਵਿੱਚੋਂ ਲੱਕੜਾਂ ਚੋਰੀ ਕਰਦੇ ਫੜੇ ਗਏ ਅਤੇ ਉਹਨਾਂ ਦੇ ਮਗਰ ਪੁਲਿਸ ਲੱਗ ਗਈ। ਪੁਲਿਸ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਨੇ ਅਤੇ ਉਹਨਾਂ ਗੋਲੀਆਂ ਪਾਣੀ ਨਾਲ ਹਜ਼ਮ ਕਰ ਲਈਆਂ ਨੇ। ਅੱਜ ਲਾਹੌਰ ਗੁਰੂ ਨਾਨਕ ਪੁਰੇ ਖੋਤਿਆਂ ਨੇ ਹੜਤਾਲ ਕਰ ਦਿੱਤੀ। ਉਹਨਾਂ ਕਿਹਾ ਸਾਡੀਆਂ ਖੋਤੀਆਂ ਨੂੰ ਅੱਡੀ ਵਾਲੀ ਜੁੱਤੀ, ਕੰਘੀ ਸ਼ੀਸ਼ਾ, ਸੁਰਹੀ ਪਾਊਡਰ ਅਤੇ ਫਾਇਦਾ ਕਰੀਮ ਦੇ ਫਾਇਦੇ ਨਾ ਦੱਸੇ, ਅਸੀਂ ਫਾਕ ਖਾਣ ਤੋਂ ਇਨਕਾਰ ਕਰ ਦੇਣਾ। ਅੱਜ ਇੰਡੀਆ ਦਾ ਵਜ਼ੀਰ ਆਜ਼ਮ ਮਿਸਟਰ ਮੋਦੀ ਲੰਡਨ ਦੇ ਦੌਰੇ 'ਤੇ ਗਏ। ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਦਿਲ ਦੇ ਦੌਰੇ ਤੋਂ ਬਾਅਦ ਉਹਨਾਂ ਗੁੱਲੀ ਡੰਡੇ ਦਾ ਮੈਚ ਕਰਾਇਆ। ਇੱਕ ਜਵਾਨ ਜਿਹਾ ਖੁਸਰਾਇਆ, ਉਹਨੇ ਗੁੱਲੀ ਨੂੰ ਟੁੱਲ ਮਾਰਿਆ, ਗੁੱਲੀ 3 ਦਿਨ ਗਾਇਬ ਹੋ ਗਈ। ਚੌਥੇ ਦਿਨ ਗੁੱਲੀ ਦਾ ਪਤਾ ਲੱਗਾ, ਉਹ ਮੋਦੀ ਦੀ ਖੋਪੜੀ 'ਚ ਘੁੰਮ ਰਹੀ ਸੀ। ਅੱਜ ਇੱਥੇ ਕੋਕੋ ਕੋਲਾ, ਪੈਪਸੀ, ਫਾਂਡਾ ਸ਼ਦਾਨ ਦੀ ਬਾਰਿਸ਼ ਹੋਏਗੀ ਅਤੇ ਜਲਦੀ ਜਲਦੀ ਫਰਿੱਜਾਂ ਠੀਕ ਕਰਾ ਕੇ ਬਾਹਰ ਰੱਖ ਲਓ। ਦਰ ਅਖਬਾਰ ਨਿਊਜ਼ ਕਾਸਟਰ ਮੁਹੰਮਦ ਅਲੀ, ਸਟੇ ਵਿਦ NTM, ਗੁੱਡ ਹੈਲਥ ਵਿਦ ਇਨ ਟੇਕ ਫਰਾਮ ਇਨ ਯੂਰ ਪਾਕਿਸਤਾਨ। ਖਬਰਾਂ ਸਮਾਪਤ ਹੋਈਆਂ।